ਮਾਈ ਤੋਂ ਆਧਾਰ ਬੱਕਰੀਆਂ ਲੈ ਕੇ ਜਿਹੜੇ ਵੇਲੇ ਮਦੀਨਾ ਦੀ ਜੂ ਚੋਂ ਨਿਕਲਣ ਲੱਗੀ, ਮੁੜ ਕੇ ਕਹਿਣ ਲੱਗੀ ਵੇ ਇਹਨੇ ਦਿਨ ਖਿਦਮਤਾਂ ਕਰਦੇ ਰਹੇ ਆ, ਸੱਚੀ ਪੁੱਛੋ ਮੈਂ ਪਛਾਣਿਆ ਕੋਈ ਨੀ ਕੌਣ, ਇਮਾਮ ਹਸਨ ਦੀਆਂ ਕੱਜ ਫਿਰੋਆ ਗਏ। ਫਰਮਾਇਆ ਅੰਮਾ ਅਸੀਂ ਦੋਤਰੇ ਮੁਹੰਮਦ ਦੇ ਆ, ਦੁੱਧ ਦਾ ਪਿਆਲਾ ਪਿਲਾ ਕੇ ਇੱਥੇ ਹੀ ਭੁੱਲ ਗਈ ਹੈ, ਕਿਆਮਤ ਆ ਲੈਣ ਦੇ ਅਸਾਂ ਤੈਨੂੰ ਉੱਥੇ ਵੀ ਨਹੀਂ ਭੁੱਲਣਾ। ਤਵੱਜੋ ਹੈ, ਮੈਂ ਗੱਲ ਉਹਦੀ ਪਿਆ ਕਰਨਾ ਜਿਹੜਾ ਬੈ ਨਬੀ ਦੇ ਮੋਢਿਆਂ ਤੇ ਜਾਵੇ। ਇੱਕ ਦਿਨ ਜਬਰੀਲ ਮੇਰੇ ਨਬੀ ਦੀ ਬਾਰਗਾਹ ਚ ਵਹੀ ਲੈ ਕੇ ਆਏ, ਵਹੀ ਸੁਣਾਉਣ ਲੱਗੇ ਤੇ ਸੈਯਦ ਆਲਮ ਨੇ ਵੇਖ ਕੇ ਫਰਮਾਇਆ, ਜਬਰੀਲ ਰੋਜ਼ ਉਧਰ ਹੀ ਪੈਗਾਮ ਲੈ ਕੇ ਆਉਣਾ ਹੈ, ਕਦੇ ਮੇਰਾ ਵੀ ਲੈ ਜਾਇਆ ਕਰ। ਅਰਜ਼ ਕੀਤੀ ਸੈਯਦ ਆਲਮ ਨੇ, ਫਰਮਾਇਆ ਜਬਰੀਲ ਜਾ ਮੇਰੇ ਰੱਬ ਨੂੰ ਪੁੱਛ ਕੇ ਆ ਕੇ ਮੌਲਾ ਤੇਰਾ ਮਹਬੂਬ ਪੁੱਛ ਲਈ, ਤੈਨੂੰ ਕਾਇਨਾਤ ਵਿੱਚ ਚੰਗੀ ਜਗ੍ਹਾ ਕਿਹੜੀ ਲੱਗਦੀ ਤੇ ਮੰਦੀ ਜਗ੍ਹਾ ਕਿਹੜੀ ਲੱਗਦੀ। ਜਬਰੀਲ ਬੜੇ ਚਾਈ ਚਾਈ ਗਏ, ਥੋੜੀ ਦੇਰ ਦੇ ਬਾਅਦ ਵਾਪਿਸ ਆਏ ਤੇ ਰੰਗ ਉੜਿਆ, ਵਾਲ ਬਿਖਰੇ, ਹਾਲ ਬੇਹਾਲ। ਹਬੀਬ ਦਾਵਰ ਨੇ ਫਰਮਾਇਆ, ਜਬਰੀਲ ਇਹ ਕੀ ਹਾਲਤ ਬਣਾਈ? ਅਰਜ਼ ਕੀਤੀ, ਯਾ ਰਸੂਲ ਅੱਲਾ, ਰੋਜ਼ ਅੱਲਾ ਦਾ ਪੈਗਾਮ ਲੈ ਕੇ ਆਉਂਦਾ ਸਾਂ, ਅੱਜ ਪਹਿਲੀ ਵਾਰ ਤੁਹਾਡਾ ਲੈ ਕੇ ਗਿਆ ਸਾਂ, ਤੇ ਮੈਂ ਜਾ ਕੇ ਸਿਦਰਾ ਤੇ ਅਰਜ਼ ਕੀਤੀ, ਯਾ ਅੱਲਾ ਤੇਰੇ ਮਾਹੀ ਦਾ ਸੁਨੇਹਾ ਤੇ ਮੈਸੇਜ ਲੈ ਕੇ ਆਇਆ। ਤੁਹਾਨੂੰ ਕਿਸੇ ਮਹਬੂਬ ਬੰਦੇ ਦਾ ਮੈਸੇਜ ਆਵੇ ਤੇ ਤੁਹਾਡੇ ਕੋਲ ਬੈਲੈਂਸ ਨਾ ਹੋਵੇ, ਤੁਸੀਂ ₹5 ਜੈਦ ਵਾਲੇ ਕੋਲ ਉਧਾਰ ਲੈ ਕੇ ਉਹਨੂੰ ਰਿਪਲਾਈ ਕਰਦੇ ਹੋ। ਪਤਾ ਲੱਗਾ ਮਹਬੂਬਾ ਦੇ ਮੈਸੇਜ ਦੀ ਅਹਿਮੀਅਤ ਬੜੀ ਆਉਂਦੀ ਹੈ। ਜਦੋਂ ਜਬਰੀਲ ਮੈਸੇਜ ਲੈ ਕੇ ਗਏ ਤੇ ਜਾ ਕੇ ਸਿਦਰਾ ਤੇ ਅਰਜ਼ ਕੀਤੀ, ਤੇਰੇ ਮਾਹੀ ਦਾ ਮੈਸੇਜ ਲੈ ਕੇ ਆਇਆ। ਅੱਲਾ ਫਰਮਾਇਆ, ਜਬਰੀਲ ਫਿਰ ਜ਼ਰਾ ਨੇੜੇ ਹੋ ਜਾ। ਜਬਰੀਲ ਕਹਿੰਦੇ ਨੇ ਮੈਂ ਨੇੜੇ ਹੋਇਆ, ਅੱਲਾ ਫਰਮਾਇਆ ਹੋਰ ਨੇੜੇ ਹੋ ਜਾ, ਹੋਰ ਨੇੜੇ ਹੋਇਆ, ਫਰਮਾਇਆ ਹੋਰ ਨੇੜੇ ਹੋ ਜਾ। ਅੱਜ ਅੱਲਾ ਨੇ ਇਹਨੇ ਕਰੀਬ ਬੁਲਾਇਆ ਤੇ ਸੋਹਣਿਆ ਤੇਰੀ ਗੱਲ ਸੁਣੀ ਕਿ ਮੇਰੇ ਤੇ ਰੱਬ ਦੇ ਦਰਮਿਆਨ 70,000 ਪਰਦੇ ਰਹਿ ਗਏ। ਉਹ ਯੂਨੀਵਰਸਿਟੀ ਆਉਣ ਵਾਲਿਓ, ਮੈਨੂੰ ਸੱਚੀ ਦੱਸਿਓ, ਜਿਹੜਾ ਨਬੀ ਦਾ ਪੈਗਾਮ ਲੈ ਕੇ ਜਾਵੇ ਉਹਨੂੰ ਤੇ ਰੱਬ ਇੰਨਾ ਕਰੀਬ ਬੁਲਾ ਲੈਂਦਾ ਹੈ, ਉਹ ਕਿੱਥੇ ਪਹੁੰਚਦਾ ਹੋਵੇਗਾ ਉਹ ਜਿਹੜਾ ਬੈਠਾ ਹੀ ਮੁਹੰਮਦ ਦੇ ਮੋਢਿਆਂ ਤੇ ਰਿਹਾ। ਉਹਦੇ ਕੁਰਬੇ ਖੁਦਾ ਦੇ ਕਿਆ ਕਹਿਣੇ ਜਿਹੜਾ ਬਹਿ ਹੀ ਨਬੀ ਦੇ ਮੋਢਿਆਂ ਤੇ ਜਾਏ। ਮੇਰੀ ਮਿਲਤ ਦੇ ਨੌਜਵਾਨੋ, ਇਹ ਸਾਡੇ ਪੰਜਾਬ ਵਿੱਚ ਬੱਚਾ ਪੈਦਾ ਹੋਵੇ ਨਾ ਤੇ ਬਾਪ ਦਾ ਦਿਲ ਕਰਦਾ ਹੈ ਇਹਨੂੰ ਦਾਦਾ ਗੁੜਤੀ ਦੇਵੇ ਜਾਂ ਚਾਚੂ ਗੁੜਤੀ ਦੇਵੇ, ਮਾਂ ਦਾ ਦਿਲ ਕਰਦਾ ਹੈ ਜਾਂ ਨਾਨਾ ਗੁੜਤੀ ਦੇਵੇ ਜਾਂ ਮਾਮੂ ਗੁੜਤੀ ਦੇਵੇ, ਤੇ ਚੱਲਦੀ ਕਿਹਦੀ ਹੈ ਉਹ ਤੁਹਾਨੂੰ ਪਤਾ ਹੀ ਹੈ। ਬੋਲੋ ਭਾਵੇਂ ਨਾ ਬੋਲੋ, ਪਤਾ ਤੁਹਾਨੂੰ ਹੈ। ਤੇ ਜੇ ਚਾਚਾ ਭੁਲੇਖੇ ਨਾਲ ਗੁੜਤੀ ਦੇ ਹੀ ਲਵੇ ਭੁਲੇਖੇ ਨਾਲ, ਤੇ ਬੱਚਾ ਵੱਡਾ ਹੋ ਕੇ ਸ਼ਰਾਰਤ ਕਰੇ ਨਾ, ਤੇ ਮਾਂ ਬੀਬੀਆਂ ਚ ਬਹਿ ਕੇ ਕਹਿੰਦੀ ਹੈ ਉਤਰਾ ਚਾਚੇ ਤੇ ਗਿਆ, ਤੇ ਜੇ ਸਾਜੀ ਗੁੜਤੀ ਦਿੱਤੀ ਹੋਵੇ ਨਾ ਮਾਮੂ ਨੇ, ਤੇ ਬੱਚਾ ਸ਼ਰਾਰਤ ਕਰ ਵੀ ਲਵੇ ਤੇ ਮਾਂ ਬੜੀ ਖੁਸ਼ ਹੋ ਕੇ ਕਹਿੰਦੀ ਹੈ ਮਾਸ਼ਾਅੱਲਾ ਮਾਮੂ ਤੇ ਗਿਆ। ਯਾਨੀ ਪੰਜਾਬ ਦੀ ਮਾਂ ਨੂੰ ਪਤਾ ਬੱਚਾ ਗੁੜਤੀ ਤੇ ਜਾਂਦਾ। ਮੈਨੂੰ ਸੱਚੀ ਦੱਸਿਓ, ਗੁਜਰਾਤ ਵਾਲਿਓ, ਉਹ ਜਿੰਨਾ ਗੁੜਤੀ ਚ ਮੁਹੰਮਦ ਦੀ ਜ਼ੁਬਾਨ ਦੇ ਚੂਸੇ ਲਏ ਆਉਣ, ਉਹਨਾਂ ਮੁਹੰਮਦ ਤੇ ਨਹੀਂ ਸੀ ਜਾਣਾ ਤੇ ਹੋਰ ਕਿਤੇ ਤੇ ਜਾਣਾ ਸੀ, ਫਿਰ ਉਹਨਾਂ ਮੁਹੰਮਦ ਤੇ ਜਾਣਾ ਸੀ। ਉਹਨਾਂ ਦੀ ਸੂਰਤ ਵੀ ਨਬੀ ਵਰਗੀ ਤੇ ਸੀਰਤ ਵੀ ਨਬੀ ਵਰਗੀ। ਹੁਣ ਮੈਂ ਤੁਹਾਨੂੰ ਸੀਰਤ ਦੇ ਥੋੜੇ ਜਿਹੇ ਗੋਸ਼ੇ ਸੁਣਾਵਾਂ, ਥੋੜਾ ਜਿਹਾ ਹੌਲਾ ਬੋਲੋ, ਬਾਹਰ ਆਵਾਜ਼ ਨਹੀਂ ਜਾਣੀ ਚਾਹੀਦੀ, ਹੱਥ ਬਿਲਕੁਲ ਨਹੀਂ ਚੁੱਕਣਾ, ਮਤ ਕਿਧਰੇ ਕੋਈ ਸ਼ਹੀਦ ਨਾ ਹੋ ਜਾਏ। ਸੁਭਾਨ ਅੱਲਾਹ, ਕਈ ਵੇਲੇ ਘਰੋਂ ਸਲਾਹ ਕਰਕੇ ਆਉਂਦੇ ਨੇ ਮੌਲਵੀ ਟਿੱਲ ਲਾ ਲੈ, ਮੈਂ ਨਹੀਂ ਬੋਲਣਾ। ਮੈਨੂੰ 24 ਸਾਲ ਹੋ ਗਏ ਖਿਤਾਬਤ ਕਰਦਿਆਂ, ਮੈਂ ਹਿੰਦ ਸਿੰਧ ਸਾਰੀ ਦੁਨੀਆ ਫਿਰ ਕੇ ਵੇਖ ਲਈ, ਉਹਨਾਂ ਨੂੰ ਮੈਂ ਵੀ ਨਹੀਂ ਬੁਲਾ ਸਕਿਆ। ਜਿਹੜੇ ਬਗੈਰ ਸਲਾਹ ਦੇ ਆਇਓ ਸਾਰੇ ਬੋਲੋ ਸੁਭਾਨ ਅੱਲਾਹ। ਇੱਕ ਵਾਰੀ ਸੁਭਾਨ ਅੱਲਾਹ ਕਹੀਏ ਤਾਂ ਜੰਨਤ 'ਚ ਇੱਕ ਦਰਖਤ ਲੱਗਦਾ, ਅੱਜ ਇਹ ਨਹੀਂ ਸੁਭਾਨ ਅੱਲਾਹ ਬੋਲ ਕੇ ਘਰ ਜਾਓ ਪਤਾ ਲੱਗੇ ਮੈਂ ਤੇ ਜੰਨਤ 'ਚ ਬਾਗ ਲਗਾ ਕੇ ਆਇਆ ਹਾਂ। ਉਹ ਯਾਰ ਲਾਹੌਰ ਜੀ ਦਾ ਬਹਿਰੀਆ ਟਾਊਨ 'ਚ 10 ਮਰਲੇ ਦਾ ਪਲਾਟ ਹੋਵੇ, ਉਹ ਕਰੋੜਾਂ ਪਤੀ ਆਉਂਦਾ ਹੈ, ਤੇ ਜਿਹਦਾ ਜੰਨਤ 'ਚ ਬਾਗ ਲਗਾ ਹੋਵੇ ਅਮੀਰ ਹੋ ਜਾਓ ਤੇ ਉੱਚਾ ਬੋਲੋ ਸੁਭਾਨ ਅੱਲਾਹ। ਆ ਮੈਂ ਤੁਹਾਨੂੰ ਸੀਰਤ ਦੇ ਗੋਸ਼ੇ ਅਰਜ਼ ਕਰਾਂ, ਮੌਲਾ ਅਲੀ ਫਰਮਾਉਂਦੇ ਨੇ ਸਿਰ ਦੇ ਬਾਲਾਂ ਤੋਂ ਲੈ ਕੇ ਨਾਫ ਤੱਕ
میرے پتر حسن دا وجود نبی ورگا، ناف تو لے کے پیراں دے ناخنا تک میرے پتر حسین دا وجود نبی ورگا۔ تائیں نبی پاک دے وصالے پاک تو بعد جدو صحابہ دا دل اداس ہونا کہ مولا علی دا دروازہ کھڑکا کے کہنا، علی ذرا دوواں پتراں نوں کٹھیاں بار بلاویں، اسا محمد دی تصویر ویکھنی ہے۔ جے آل حضرت دے بھائی امام حسن رضا خواہ فاضل بریلوی دی زبان چ اکھاں تے حسن محمد دے دو حصے کریے تے اک دا نام حسن بندا اے، اک دا نام حسین بندا اے۔ انہاں دی صورت وی نبی ورگی تے سیرت وی، سارے بولو سیرت وی نبی ورگی۔ جدوں امام علی مقام نو دفن کیتا گیا نا، تے امام زین العابدین جدوں یزید دے دربار چ واپس مدینے وال لوٹے تے کربلا چ گزر ہویا، کربلا چ امام حسین دے جسم اقدس تے تازہ زخم آئے، پر اساں دفن ویلے ویکھیا کہ امام علی مقام دے جسم اقدس تے کو پرانے زخماں دے بھی نشان سن۔ او زخم کدو لگے سن؟ امام زین العابدین نے ارشاد فرمایا او زخم تیراں دے نہیں سن تے تلواراں دے نہیں سن۔ عرض کی تھی حضور و پرانے زخمہ دے نشان کا دے سن؟ آپ نے فرمایا جدو مدینے ادھی رات ہو جاندی سی نا، تے میرے بابا حسین اپنی کنڈ دے اتے دانیا دی بوری چک کے تے غریباں دے گھراں چ چھوڑ کے اوندے سن، بوریاں دے نشان بن گئے سن۔ مینو دس انہیں کنیاں کو بوریاں ڈھوئیاں ہو گئی، جدے جس میں اقدس ہوتے کتنے نشان، کیوں نانے ورگا سی نا کرتی جو محمد دی زبان دے چوسے لے۔ جی اجازت دے وہ تے گل سنا دے۔ ایک دن نبی پاک نے کھجور کھا کے تے گٹھلی سٹی، ایک بچہ بیٹھا، بچے دوڑ کے جا کے گٹھلی اٹھائی مونچ ڈالی تے چوس رہا۔ کیا تربیت کیتی سی مدینے دیا ماما نے اپنے بچے آدھی، او اللڑ بلڑ باوے دی لوری تے نہیں سن پال دیا، محمد دی درود دی لوری تے پال دیا سا۔ حضرت ابو مخذورہ رضی اللہ تعالیٰ عنہ حضور دے صحابی نے انہاں دے سر دے وال پیراں تک لمبے سن، کسے نے پوچھا اڈے لمبے وال کیوں رکھے جے؟ فرمایا بچپن چ پیا کھیلدا سا، نبی پاک نے گزردے میرے سر تے پیار دیتا، میں ساری زندگی او وال ہی نہیں کٹائے جنہاں نوں محمد دے ہاتھ لگ گئے نے۔ آ سی تربیت مدینے دے بچیاں دی، میرے نبی کھجور کھا کے گٹھلی سٹی، بچے دوڑ کے پکڑ کے مونچ ڈالی چوس رہا۔ اے او بچہ جدے بارے امام ابن حجر عسقلانی رحمت اللہ علیہ فرما دے نے کہ نبی پاک ایک دن تہجدی نماز پڑھ رہے، اے بچہ بھی آ گیا تے نے پیچھے کھلو کے نا، یاد رکھے ہو علامہ شازی صاحب کلون والے ہو، اولادہ او نہیں کر دیا جو ماں باپ کہن دے نے، اولادہ او کر دیا نے جو ماں باپ کر دے نے۔ فرائض مسجد وچ پڑھیا کرو تے سنتاں تے نفل کدے کدے گھر پڑھیا کرو تاکہ تیری اولاد تینوں نماز پڑھدا ویکھے، پھر اولاد بھی اوہی کرے جو تو پیا کردا سی۔ میرے نبی نماز تہجد پڑھ رہے تھے، بچہ پیچھے کھلو گیا، اے نبی، نبی پاک نے نماز پڑھ دیا، پکڑ کے برابر کھڑا کیتا، بچہ پھر پیچھے، پھر برابر کیتا، پھر پیچھے، پھر برابر کیتا، پھر پیچھے۔ نماز پڑھ کے تے نبی پاک نے فرمایا بیٹا میں تینوں برابر کھڑا کردا سا، ہوندا کیوں نہیں سائیں؟ اس بچے جڑا جملہ بولیا نا او اج دی ساری محفل دا نچوڑے، اونے نکھے نکھے ہاتھ جوڑے، عرض کردا کملی والیا میں تہاڈے برابر کیویں کھلوواں؟ امی کہندے نے شب معراج نبی سارے آئے سن پر تہاڈے برابر تے کوئی نبی بھی کھڑا نہیں سی ہویا۔ چپ کر مہر علی، ایتھے جا نہیں بولن دی، بعد از خدا بزرگ تو ایک قصہ مختصر۔ میرے نبی نو سب بچے دی ادا تے پیار آیا، اے انج ہاتھ چوکے میرے نبی عرض کیتی اللہم فقہ فی الدین، عرض کیتی یا اللہ سب بچے نو دین دا فقیح بنا، انو دین دی سمجھ عطا فرما۔ اے بچہ اوئی بچائے جنو حبر الامہ عبداللہ بن مسعود فرما دنے، حبر الامہ اس امت دا سب تو بڑا عالم، اے بچہ او بچہ جنو ترجمان القرآن کیا جاندہ ہے، اے بچہ او بچہ جڑا قرآن مجید دا پہلا مفسر ہے، اے بچہ او بچہ جدے بارے مولا علی فرما دے نے جدو قرآن دی تفسیر کردا ہے تے انج لگدا ہے جویں باریک پردے پیچھے چھپ کے خدا دے راز پیا ویکھدا ہے۔ اے بچہ او بچہ ہے جڑا عمر چ تے چھوٹا ہے پر او دے کول حضرت سیدنا عمر فاروق مسئلہ پوچھن آندے نے، اے بچہ او بچہ ہے جڑا نبی پاک دے چاچا حضرت عباس دا پتر عبداللہ بن عباس رضی اللہ تعالی عنہما ہے۔ یونیورسٹی آن والے مینوں سچی دسیو او جڑا نبی دی کھجور دی گٹک چوس لوے او تے
امت کا بڑا ہی عالم بنتا ہے جڑا چوسے محمد کی زبان سبحان اللہ اجے میں شروع ہوا بیلیاں دا رنگ اڑ گیا کہ لگتا سی صاحب نے شام نو جانا نہیں میں جلدی جان چھڑ دیا گا بندے پھر بھی متھے لگنا ہوندا ہے اچھا بولو سبحان اللہ قبلہ تے مینوں فرما رہے سن تہاڈا اپنا گھر ہے جنہ دل کرے پر نہ میں تہاڈا امتحان دینا ہے نہ تہاڈا لینا ہے میں اگے جا کے بھی تقریر کرنی ہے آؤ میں جلدی جلدی بس تہانوں تعارف کرواواں تھوڑا جہا مختصر امام حسن مجتبی ایک دن تشریف فرماتے ایک بندہ آ کے کہنے لگا حضور میرے گھر بیٹیاں نے دولت بڑی ہے پر پتر کوئی نہیں علی دے پتر کو وظیفہ دیو رب مینوں پتر دے دے وظیفہ دیو امام حسن نے فرمایا وظیفہ اے وے کہ استغفر اللہ پڑھیا کر کی پڑھنا ہے سارے پڑھو کی پڑھنا ہے جڑے گھر وچ اولاد نہ ہوئے میاں بیوی رل کے صوفیہ فرماندے نے 1100 مرتبہ استغفر اللہ روزانہ پڑھن پانی تے دم کر کے پی لین اولاد دی نیت نال اللہ ضرور پتر عطا فرما دیندا ہے اے وظیفہ جے مولا علی دے پتر دا او بندہ گئے ایک ہور آ گیا انہیں آ گیا جی میری کمائی چ برکت کوئی نہیں کو وظیفہ دیو امام حسن انہوں بھی فرماندے نے تو بھی استغفر اللہ پڑھیا کر یعنی ہاتھ کار وال تے دل یار وال کم کردا استغفر اللہ پڑھدا رہیا کر تیری کمائی چ برکت ہو جائے گی وہ بھی ٹر گیا ایک ہور آ گیا انہیں آخیا بارش نہیں ہو رہی تو وظیفہ دیو امام حسن نے فرمایا تو بھی استغفر اللہ پڑھیا کر وہ گیا ایک ہور آ گیا انہیں آخیا بیماری نہیں جاندی فرمایا استغفر اللہ پڑھیا کر وہ گیا ایک ہور آ گیا انہیں عرض کیتی حضور میں زمیندار ہاں میری فصل ٹھیک نہیں ہوتی فرمایا استغفر اللہ پڑھیا کر یہ پانچ بندے گئے امام حسن دا مرید خلیفہ نال سی انہیں عرض کیتی لج پال یہ بیماریاں پانچ تے دوائی ایکو ہی امام حسن نے فرمایا دوائی میں کولوں نہیں دیتی میں رب دے قرآن وچوں دیتی ہے انہیں آخیا جی قرآن کی کہندا ہے آپ نے قرآن پڑھیا آخو سبحان اللہ تے میں بھی پڑھا سنی ماں دا پتر بولے سبحان اللہ آپ نے فرمایا اللہ کہندا ہے استغفروا ربکم انہ کان غفارا یرسل السماء علیکم مدرارا ویمددکم بأموال وبنین ویجعل لکم جنات ویجعل لکم انہارا اللہ دے قرآن نے پنجا بیماریاں دا ایو علاج دسیا ہے انہیں عرض کیتی لجپالا تیری بڑی شان ہے ہر گل دا جواب قرآن چ دیندے ہو فرما کیوں نہ قرآن چ جواب دیواں او دی زبان چوستا رہا جدے اتے قرآن نادل ہوندا رہا جے گٹک چوسن والیاں دا آ حال ہے تے زبان چوسن والیاں دا آ حال ہے اچا بولو موتیاں والی سرکار اچا بولو سبحان اللہ نوجوانوں ایک دن امام حسن تے حسین رضی اللہ تعالی عنہما دوویں ویر حج کرن مدینہ تو پیدل مکے والے جا رہے پچیس حج دوواں ویراں پیدل مدینے تو مکے کیتے تسی نہیں بولے سبحان اللہ 450 کلومیٹر سفر ہے پچیس حج دوواں ویراں پیدل مدینے تو مکے کیتے اے لوگ عمرے دا ٹکٹ دیندے نے پر امام حسن حسین عمرے دا ٹکٹ نہیں سن دیندے لوگاں نوں پیسے دے کے حج کرواندے سن تے لوگاں نوں سواریاں تے بھیجنا تے آپ پیدل جانا
ਤੇ ਜਦੋਂ ਕਾਫਲੇ ਹਾਜੀਆਂ ਦੇ ਗੁਜ਼ਰਨੇ ਉਹਨਾਂ ਵੇਖਣਾ ਮੁਹੰਮਦ ਦੇ ਪੁੱਤਰ ਪੈਦਲ ਪੈ ਜਾਂਦੇ ਨੇ ਉਹਨਾਂ ਦੀ ਸਵਾਰੀਆਂ ਤੋਂ ਉਤਰ ਕੇ ਹੱਥ ਬੰਨ ਕੇ ਪਿੱਛੇ ਟੁਰਨਾ ਤੇ ਆਪਨੇ ਫਰਮਾਨਾ ਨਾ ਨਾ ਤੁਸੀਂ ਸਵਾਰੀਆਂ ਤੇ ਜਾਓ ਅਸਾਂ ਪੈਦਲ ਹੱਜ ਕਰਨਾ ਆਪਣੇ ਆਪ ਤੇ ਆਪ ਹੀ ਫਰਜ਼ ਕਰ ਲਿਆ ਏ ਕਿਸੇ ਨੇ ਇਮਾਮੇ ਹਸਨ ਨੂੰ ਅਰਜ਼ ਕੀਤੀ ਹਜ਼ੂਰ ਲੋਕਾਂ ਨੂੰ ਸਵਾਰੀਆਂ ਤੇ ਭੇਜ ਦਿਓ ਤੇ ਆਪ ਪੈਦਲ ਜਾਂਦੇ ਹੋ ਆਪਨੇ ਫਰਮਾਇਆ ਜੇ ਕਿਆਮਤ ਨੂੰ ਅੱਲਾਹ ਨੇ ਮੈਨੂੰ ਪੁੱਛ ਲਿਆ ਤੂੰ ਮੇਰੇ ਘਰ ਪੈਦਲ ਨਹੀਂ ਸਾਂ ਆ ਸਕਦਾ ਤੇ ਮੈਂ ਕੀ ਜਵਾਬ ਦੇਵਾਂ ਪੈਦਲ ਹੱਜ ਕਰਨ ਜਾ ਰਿਹਾ ਰਾਹ ਵਿੱਚ ਭੁੱਖ ਲੱਗ ਗਈ ਇਮਾਮੇ ਹਸਨ ਨੇ ਫਰਮਾਇਆ ਹੁਸੈਨ ਭੁੱਖ ਲੱਗੀ ਕੁਝ ਖਾਣ ਨੂੰ ਹੈ ਅਰਜ਼ ਕੀਤੀ ਹਜ਼ੂਰ ਖਾਣਾ ਤੇ ਖਤਮ ਹੋ ਗਿਆ ਤੇ ਉਹ ਕੱਖਾਂ ਦੀ ਖੁੱਲੀ ਨਜ਼ਰ ਆ ਰਹੀ ਇਜਾਜ਼ਤ ਹੋਵੇ ਤੇ ਖਾਣ ਲਈ ਕੁਝ ਲੈ ਕੇ ਆਵਾਂ ਫਰਮਾ ਚੱਲ ਦੋਵੇਂ ਵੀਰ ਇਕੱਠੇ ਚੱਲਦੇ ਆ ਜਾ ਕੇ ਦਰਵਾਜ਼ਾ ਖੜਕਾਇਆ ਤੇ ਮਾਈ ਵਡੇਰੀ ਬਾਹਰ ਆਈ ਇਮਾਮੇ ਹਸਨ ਨੇ ਫਰਮਾ ਮਾਈ ਜੀ ਅਸੀਂ ਮਦੀਨੇ ਦੇ ਮੁਸਾਫਿਰ ਹਾਂ ਤੇ ਕਾਬੇ ਦੇ ਹਾਜੀ ਹਾਂ ਕੁਝ ਖਾਣ ਨੂੰ ਮਿਲ ਜਾਏ ਮਾਈ ਨੇ ਜਦੋਂ ਤਸਵੀਰਾਂ ਵੇਖੀਆਂ ਨਾ ਐਡੀਆਂ ਸੋਹਣੀਆਂ ਤੇ ਰੋ ਕੇ ਆਸਮਾਨ ਵੱਲ ਵੇਖ ਕੇ ਕਹਿੰਦੀ ਕਦੇ ਏਡਾ ਗਰੀਬ ਨਾ ਬਣਾ ਦੋ ਏਡੇ ਸੋਹਣੇ ਪਰਾਹੁਣੇ ਕਦੇ ਖਾਲੀ ਨਾ ਜਾਣ ਦੇਂਦੀ ਹੱਥ ਜੋੜ ਕੇ ਕਹਿਣ ਲੱਗੀ ਬੜੀ ਗਰੀਬ ਆ ਮੇਰੇ ਘਰ ਖਾਣ ਲਈ ਕੁਛ ਨਹੀਂ ਇਮਾਮੇ ਹਸਨ ਫਰਮਾਉਂਦੇ ਨੇ ਮਾਈ ਜੀ ਅਸੀਂ ਕਿਸੇ ਦੇ ਬੂਹੇ ਕਦੇ ਗਏ ਨਹੀਂ ਜ਼ਮਾਨਾ ਸਾਡੇ ਬੂਹੇ ਹੀ ਆਉਂਦਾ ਹੈ ਅੱਜ ਆ ਗਏ ਆ ਤੇ ਖਾਲੀ ਅਸਾਂ ਜਾਣਾ ਕੋਈ ਨਹੀਂ ਇੱਕ ਪਾਣੀ ਦਾ ਪਿਆਲਾ ਹੀ ਪਿਲਾ ਦਿਓ ਮਾਈ ਕਹਿਣ ਲੱਗੀ ਜੇ ਦੋ ਗੜੀਆਂ ਫਿਰ ਠਹਿਰੋ ਤੇ ਬੱਕਰੀ ਦਾ ਦੁੱਧ ਨਾ ਧੋ ਕੇ ਲੈ ਕੇ ਆਵਾਂ ਆਪ ਫਰਮਾਇਆ ਮਾਈ ਜੀ ਲੈ ਆਓ ਮਾਈ ਬੱਕਰੀ ਦਾ ਦੁੱਧ ਲੈ ਕੇ ਪਿਆਲਾ ਭਰ ਕੇ ਲੈ ਆਈ ਨੌਜਵਾਨੋ ਆਦਾ ਪਿਆਲਾ ਇਮਾਮੇ ਹਸਨ ਨੇ ਪੀ ਲਿਆ ਤਾਂ ਇਮਾਮੇ ਹੁਸੈਨ ਨੇ ਪੀ ਲਿਆ ਦੋਵੇਂ ਵੀਰ ਟੁਰਨ ਲੱਗੇ ਮਾਈ ਦੀਆਂ ਕਾਜੇ ਅਥਰੂ ਆ ਗਏ ਰੋ ਕੇ ਕਹਿਣ ਲੱਗੀ ਵੇ ਜਾਂਦਿਆਂ ਦੱਸ ਜਾਓ ਕਿਹੜੀ ਮਾਂ ਦੇ ਲਾਲੋ ਏਡੇ ਸੋਹਣਿਓ ਕਿਹੜੇ ਬਾਪ ਦੀ ਔਲਾਦੋ ਇਮਾਮੇ ਹਸਨ ਨੇ ਫਰਮਾਇਆ ਅੰਮਾ ਦੱਸ ਕੀ ਪੁੱਛਣਾ ਚਾਹੀ ਹੈ ਕਹਿਣ ਲੱਗੀ ਜੇ ਕਦੇ ਵੇਖਣ ਨੂੰ ਜੀ ਕਰੇ ਕਿੱਥੇ ਆਵਾਂ ਫਰਮਾਇਆ ਅੰਮਾ ਮਦੀਨੇ ਆ ਜਾਈ ਕਹਿਣ ਲੱਗੀ ਵੇ ਹੁੰਦੇ ਕੌਣ ਮੁੜ ਕੇ ਫਰਮਾਇਆ ਅੰਮਾ ਕਦੇ ਮਦੀਨੇ ਆਵੇ ਮੁਹੰਮਦ ਦੇ ਪੁੱਤਰਾਂ ਦਾ ਘਰ ਪੁੱਛ ਗਿਆ ਸਾਡਾ ਐਡਰੈਸ ਕਿ ਅਸੀਂ ਮੁਹੰਮਦ ਦੇ ਘਰ ਵਾਲੇ ਸਾਰੇ 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 ਬੋਲੋ ਸਾਰੇ ਆਮੀਨ 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 ਦੋਵੇਂ ਵੀਰ ਹੱਜ ਕਰਕੇ ਤੇ ਵਾਪਸ ਮਦੀਨੇ ਆ ਗਏ ਕੁਝ ਅਰਸਾ ਗੁਜ਼ਰ ਗਿਆ ਤੇ ਉਸ ਮਾਈ ਨੂੰ ਨਾ ਇਮਾਮੇ ਹਸਨ ਨੇ ਮਦੀਨੇ ਦੀ ਗਲੀਆਂ ਚ ਫਿਰਦਾ ਵੇਖ ਲਿਆ ਮਾਈ ਵਡੇਰੀ ਹੋ ਗਈ ਮਾਈ ਨਾ ਪਹਿਚਾਣਿਆ ਇਮਾਮੇ ਹਸਨ ਘਰ ਲਿਆ ਕੇ ਤੇ ਬੜੇ ਦਿਨ ਮਾਈ ਦੀ ਖਿਦਮਤ ਤਵਾਜ਼ੂ ਕਰਦੇ ਰਹੇ ਇੱਕ ਦਿਨ ਮਾਈ ਕਹਿਣ ਲੱਗੀ ਵੇ ਪੁੱਤਰ ਮੈਨੂੰ ਮੇਰੇ ਘਰ ਕਿਉਂ ਨਹੀਂ ਜਾਣ ਦਿੰਦਾ ਹੁਣ ਸੁਣੋ ਇਮਾਮੇ ਹਸਨ ਨੇ ਉਸ ਮਾਈ ਨੂੰ 3000 ਦਿਰਮ ਤੇ 1000 ਬੱਕਰੀ عطا ਫਰਮਾਈ ਤੁਸੀਂ ਨਹੀਂ ਬੋਲੇ ਸੁਭਾਨ ਅੱਲਾਹ ਇਹ ਵੱਡੀ ਤੇ ਇੱਕ ਬੱਕਰੀ ਖਰੀਦਣੀ ਸੀ ਤੇ ਮਹਿੰਗਾਈ ਦਾ ਦੌਰ ਸੀ ਤੇ ਇੱਕ ਬੱਕਰੀ ਖਰੀਦਣਾ ਮੁਸ਼ਕਿਲ ਹੋ ਗਿਆ ਇਮਾਮੇ ਹਸਨ ਨੇ ਮਾਈ ਨੂੰ 1000 ਬੱਕਰੀ عطا ਕੀਤੀ 3000 ਦਿਰਮ ਦਿੱਤੇ ਪਰ ਗੱਲ ਇੱਥੇ ਮੁੱਕੀ ਨਹੀਂ ਮਾਈ ਦਰਵਾਜ਼ੇ 'ਚ ਗਈ ਤੇ ਫਰਮਾਉਂਦੇ ਨੇ ਦੁੱਧ ਕਿਹੜਾ ਮੈਂ ਇਕੱਲੇ ਪੀਤਾ ਸੀ ਅੱਧਾ ਪਿਆਲਾ ਹੁਸੈਨ ਵੀ ਪੀਤਾ ਸੀ ਮਾਈ ਨੂੰ ਇਮਾਮੇ ਹੁਸੈਨ ਦੇ ਘਰ ਛੋੜ ਆਏ ਆਪ ਨੇ ਵੀ ਬੜੇ ਦਿਨ ਖਿਦਮਤ ਤਵਾਜ਼ੋ ਕੀਤੀ ਇੱਕ ਦਿਨ ਮਾਈ ਕਹਿੰਦੀ ਮੈਨੂੰ ਜਾਣ ਕਿਉਂ ਨਹੀਂ ਦਿੰਦੇ ਵੇ ਇਮਾਮੇ ਹਸਨ ਹੁਸੈਨ ਨੇ ਵੀ 3000 ਦਿਰਮ ਤੇ 1000 ਬੱਕਰੀ ਦਿੱਤੀ ਤੇ ਮਾਈ ਦੇ ਕੰਨ 'ਚ ਫਰਮਾਉਂਦੇ ਨੇ ਪਹਿਲੇ ਮੇਰੇ ਘਰ ਆਉਂਦੇ ਤੇ ਮੈਂ ਬਹੁਤੇ ਦੇਣੇ ਸਨ ਹੁਣ ਵੱਡੇ ਵੀਰ ਤੋਂ ਬਹੁਤੇ ਨਹੀਂ ਦਿੱਤੇ ਕਿ ਵੱਡੇ ਨੂੰ ਇਹ ਨਾ ਲੱਗੇ ਛੋਟਾ ਹੋ ਕੇ ਮੇਰੇ ਨਾਲ ਵੱਡਾ ਸਖੀ ਬਣਦਾ ਇਸ ਵਾਸਤੇ ਵੱਡੇ ਵੀਰ ਤੋਂ ਜ਼ਿਆਦਾ ਨਹੀਂ ਦੇ ਰਿਹਾ ਮਾਈ 2000 ਬੱਕਰੀਆਂ ਲੈ ਕੇ ਜਿਹੜੇ ਵੇਲੇ ਮਦੀਨਾ ਦੀ ਜੂ 'ਚੋਂ ਨਿਕਲਣ ਲੱਗੀ ਮੁੜ ਕੇ ਕਹਿਣ ਲੱਗੀ ਵੇ ਨਾ ਦਿਨ ਖਿਦਮਤਾਂ ਕਰਦੇ ਰਹੇ ਆ ਸੱਚੀ ਪੁੱਛੋ ਮੈਂ ਪਛਾਣਿਆ ਕੋਈ ਨੀ ਕੌਣ ਇਮਾਮੇ ਹਸਨ ਦੀਆਂ ਕਾਜੇ ਫਿਰੋ ਆ ਗਏ ਫਰਮਾਇਆ ਅੰਮਾ ਅਸੀਂ ਤੋਤਰੇ ਮੁਹੰਮਦ ਦੇ ਆ ਦੁੱਧ ਦਾ ਪਿਆਲਾ ਪਿਲਾ ਕੇ ਇੱਥੇ ਹੀ ਭੁੱਲ ਗਈ ਹੈ ਕਿਆਮਤ ਆ ਲੈਣ ਦੇ ਅਸਾਂ ਤੈਨੂੰ ਉੱਥੇ ਵੀ ਨਹੀਂ ਭੁੱਲਣਾ
ਤੈਨੂੰ ਜੰਨਤ ਚ ਵੀ ਨਾਲ ਲੈ ਕੇ ਜਾਣਾ ਹੈ। ਅਸੀਂ ਦੁੱਤਰੇ ਮੁਹੰਮਦ ਦੇ ਆ, ਪਤਾ ਲੱਗਾ ਸੂਰਤ ਵੀ ਨਬੀ ਵਰਗੀ ਤੇ ਸੀਰਤ ਵੀ। ਮਾਈ ਦੋ ਆਧਾਰ ਬੱਕਰੀਆਂ ਲੈ ਕੇ ਜਾ ਰਹੀ, ਨਾਲੇ ਪੜਦੀ ਜਾ ਰਹੀ, ਬੜਾ ਲਜਪਾਨ ਹੈ ਤੇਰਾ ਕਰਾਨਾ ਯਾ ਰਸੂਲ ਅੱਲਾ, ਬੜਾ ਲਜਪਾਨ ਹੈ ਤੇਰਾ ਕਰਾਨਾ। ਅੱਛਾ ਕਿਹੜਾ ਕਿਹੜਾ ਮਦੀਨੇ ਦੇ ਲੰਗਰ ਤੇ ਪਲਦਾ, ਇਹ ਇੰਜ ਕਰਕੇ ਹੱਥ ਇਸ ਤਰ੍ਹਾਂ ਨਹੀਂ, ਅੱਜ ਇੰਜ ਇੰਜ ਕਟੋਰੇ ਬਣਾਓ, ਕਟੋਰੇ ਗੁੰਬਦ ਖਿਦਰਾ ਦਾ ਤਸੱਵਰ ਕਰੋ, ਅੱਖੀਆਂ ਬੰਦ ਕਰ ਲਓ, ਜਿਹਨੂੰ ਲੱਗਦਾ ਮੈਂ ਯੂਨੀਵਰਸਿਟੀ ਬੈਠਾ ਬੇਸ਼ੱਕ ਨਾ ਬੋਲੇ, ਜਿਹਨੂੰ ਲੱਗਦਾ ਮੈਂ ਗੁੰਬਦ ਖਿਦਰਾ ਦੇ ਸਾਹਮਣੇ ਨਬੀ ਪਾਕ ਦੇ ਦੀਦਾਰ ਦੀ ਖੈਰਾਤ ਲੈਣ ਆਇਆ, ਉਹ ਗੁੰਬਦ ਖਿਦਰਾ ਵੱਲ ਇੰਜ ਵੇਖੇ ਜਿਵੇਂ ਸਵਾਲੀ ਸਵਾਲ ਕਰਕੇ ਸਖੀ ਦੇ ਚਿਹਰੇ ਵੱਲ ਵੇਖਦਾ ਹੈ। ਇੱਥੇ ਹੀ ਹੱਥ ਰੱਖ ਕੇ ਨਾ ਹੁਣ ਜਿੰਨਾ ਜ਼ੋਰ ਹੈ ਸਾਰਾ ਲਗਾ ਕੇ ਮਿਲ ਕੇ ਮੇਰੇ ਨਾਲ ਪੜੀਏ, ਬੜਾ ਲਜਪਾਲ ਹੈ ਤੇਰਾ ਕਰਾਨਾ ਯਾ ਰਸੂਲ ਅੱਲਾ, 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 ਤੇਰੇ ਟੁਕੜੋਂ ਤੇ ਪਲਦਾ ਹੈ ਜ਼ਮਾਨਾ ਯਾ ਰਸੂਲ ਅੱਲਾ। ਹੁਣ ਮੇਰਾ ਦਿਲ ਕਰਦਾ ਤੁਸੀਂ ਪੜੋ ਮੈਂ ਸੁਣਾ, ਉੱਚੀ ਆਵਾਜ਼ ਨਾਲ ਹੱਥ ਬੁਲੰਦ ਕਰਕੇ ਸਾਰੇ ਆਖੋ, ਬੜਾ ਲਜਪਾ ਇੱਕ ਵਾਰ ਫਿਰ ਆਖਿਆ ਜੇ, ਬੜਾ ਲਜਪਾਲ ਹੈ ਤੇਰਾ ਕਰਾਨਾ ਯਾ। ਮਾਸ਼ਾਅੱਲਾ ਮਖਦੂਮ ਅਹਿਲ ਸੁਨਨਤ, ਮਖਦੂਮ ਉਲਮਾ, ਮੁਜਾਹਦੁਲ ਸੁਨਨਤ, ਔਰ ਮੇਰੀ ਔਰ ਤੁਹਾਡੀ ਦਿਲ ਦਾ ਸਕੂਨ ਜਨਾਬੀ ਹਜ਼ਰਤ ਅਲਾਮਾ ਮੌਲਾਨਾ ਮੁਹੰਮਦ ਉਸਮਾਨ ਅਫਜ਼ਲੁਲ ਕਾਦਰੀ ਆਪ ਤਸ਼ਰੀਫ ਲੈ ਕੇ ਆਏ, ਮੈਂ ਖੁਸ਼ ਆਮਦੀਦ ਕਹਿਣਾ। ਹਜ਼ਰਤ ਸਾਹਿਬ ਨੇ ਇੱਕ ਵਾਰੀ ਸੁਭਾਨ ਅੱਲਾ ਬੋਲ ਕੇ ਵਿਖਾਓ ਤੁਸੀਂ ਕਿੰਜ ਪੇ ਬੋਲਦੇ ਸੋ, ਨਹੀਂ ਇਹ ਤੁਸੀਂ ਰੋਂਦ ਮਾਰਿਆ ਇੰਜ ਨਹੀਂ ਸੋਫੇ ਬੋਲਦੇ, ਉੱਚਾ ਬੋਲੋ ਸੁਭਾਨ ਅੱਲਾ। ਨੌਜਵਾਨ ਕਹਿ ਰਿਹਾ ਇੱਕ ਵਾਰੀ ਫਿਰ ਪੜਿਓ ਇਹ ਸ਼ੇਰ, ਫਿਰ ਪੜ੍ਹੀਏ ਬਾਈ, ਪੜ੍ਹੋਗੇ ਸਾਰੇ ਤੋ ਸਾਰੇ ਮਿਲ ਕੇ ਮੇਰੇ ਨਾਲ ਪੜ੍ਹੀਏ, ਬੜਾ ਲਜਪਾਲ ਹੈ ਤੇਰਾ ਕਰਾਨਾ, ਬੜਾ ਲਜਪਾਲ ਹੈ ਤੇਰਾ ਕਰਾਨਾ ਯਾ ਰਸੂਲ ਅੱਲਾ, ਤੇਰੇ ਟੁਕੜੋਂ ਤੇ
پلتا ہے زمانہ کربلا بھی لے کے جانا مگر وقت زیادہ ہو گیا ظہر دی نماز بھی ادا کرنی ہے بس آخر تے کہاں گا کہ یا ایھا النفس المطمئنہ وہ جڑی اطمینان والی جان ہے روح حسین ہے گرامی قدر حضرات کسی نے اتنا اطمینان نہیں جنا کربلا چ حسین نو سی دس بندے نال ہون تے بندے نو سکون ہوندا میرے نال دس بندے نے ان اللہ مع صابرین اس حسین نو کتنا اطمینان ہوے گا جنوں پتہ ہوے میرا رب میرے نال ہے اللہ دی بارگاہ دعا ہے اللہ میری تہاڈی حاضری قبول فرمائے سدا بہار رہے اس باغ